ਹੈਲੋ एवरीवन, ਦਿਸ ਇਜ਼ ਮਨਦੀਪ ਫਰੋਮ ਵੀਜ਼ਾ ਬੇਸ ਸਟੱਡੀ ਸਰਵਿਸਿਸ। ਅੱਜ ਦੀ ਵੀਡੀਓ ਐਕਸਟੈਂਡਡ ਸਪੀਕਿੰਗ ਨੂੰ ਲੈ ਕੇ ਆ। ਬਹੁਤ ਸਾਰੇ ਸਟੂਡੈਂਟਸ ਦੇ ਸਪੀਕਿੰਗ ਦੇ ਵਿੱਚ ਸਕੋਰ ਘੱਟ ਹੁੰਦੇ ਆ। ਪਲੀਜ਼ ਆਪਣੀ ਸਕਿੱਲ ਪ੍ਰੋਫਾਈਲ ਚੈੱਕ ਕਰੋ। ਜੇ ਤੁਹਾਡੇ ਸਪੀਕਿੰਗ ਦੇ ਵਿੱਚ ਸਕੋਰ ਘੱਟ ਰਹੇ ਆ, ਸ਼ੋਰਲੀ ਤੁਹਾਡੀ ਐਕਸਟੈਂਡਡ ਸਪੀਕਿੰਗ ਦੇ ਵਿੱਚ ਸਕੋਰ ਘੱਟ ਹੋਣਗੇ। ਐਕਸਟੈਂਡਡ ਸਪੀਕਿੰਗ ਇਜ਼ ਆਲ ਅਬਾਊਟ ਡਿਸਕ੍ਰਾਈਬ ਇਮੇਜ ਐਂਡ ਰੀਟੇਲ ਐਕਸ਼ਨ, ਹਨਾ। ਬਹੁਤ ਸਾਰੇ ਸਟੂਡੈਂਟਸ ਕੀ ਕਰਦੇ ਹੈਗੇ ਆ, ਟੈਂਪਲੇਟ ਯੂਜ਼ ਕਰਦੇ ਆ। ਸੇਮ ਟੈਂਪਲੇਟ ਕਿਸੇ ਹੋਰ ਸਟੂਡੈਂਟ ਨੇ ਯੂਜ਼ ਕੀਤਾ ਹੁੰਦਾ ਜਿਨ੍ਹਾਂ ਦੀ ਸਪੀਕਿੰਗ 90 ਹੁੰਦੀ ਹੈ, ਐਂਡ ਸੇਮ ਟੈਂਪਲੇਟ ਉਹ ਸਟੂਡੈਂਟਸ ਨੇ ਯੂਜ਼ ਕੀਤਾ ਹੁੰਦਾ, ਉਹਨਾਂ ਦੀ ਸਪੀਕਿੰਗ 45, 49, 38, 35 ਹੁੰਦੀ ਆ। ਤਾਂ ਰੀਜ਼ਨ ਕੀ ਹੈਗਾ ਹੈ ਕਿ ਸੇਮ ਟੈਂਪਲੇਟ ਨਾਲ ਉਹ ਸਟੂਡੈਂਟ 90 ਅਚੀਵ ਕਰ ਗਿਆ, ਐਂਡ ਸੇਮ ਟੈਂਪਲੇਟ ਨਾਲ ਤੁਸੀਂ 35, 40, and 45 ਦੇ ਕਿਉਂ ਰਹਿ ਗਏ ਆ। ਰੀਜ਼ਨ ਹੈਗਾ ਹੈ ਕਿ ਤੁਸੀਂ ਟੈਂਪਲੇਟ ਨੂੰ ਸਹੀ ਤਰੀਕੇ ਨਾਲ ਯੂਜ਼ ਨਹੀਂ ਕਰ ਰਹੇ, ਹਨਾ। ਐਗਜ਼ਾਮ ਦੇ ਵਿੱਚ ਜੇ ਤੁਸੀਂ ਡਿਸਕ੍ਰਾਈਬ ਇਮੇਜ ਐਂਡ ਰੀਟੇਲ ਲੈਕਚਰ ਪਰਫੋਰਮ ਕਰਦੇ ਹੋ, ਤਾਂ ਸਟੂਡੈਂਟ ਕੀ ਕਰਦੇ ਆ, ਬਹੁਤ ਡਿਫੀਕਲਟ ਵਰਡਸ ਜਾਂ ਡਿਫੀਕਲਟ ਕੰਟੈਂਟ ਪਿੱਕ ਕਰਨ ਦੀ ਕੋਸ਼ਿਸ਼ ਕਰਦੇ ਆ, ਡਿਫੀਕਲਟ ਕੰਟੈਂਟ ਨੂੰ ਪ੍ਰੋਨਾਊਂਸ ਕਰਨ ਦੀ ਕੋਸ਼ਿਸ਼ ਕਰਦੇ ਆ। ਉਹਦੇ ਨਾਲ ਉਹਨਾਂ ਦੀ ਫਲੂਐਂਸੀ ਘੱਟ ਜਾਂਦੀ ਹੈ, ਜੋ ਕਿ ਐਕਸਟੈਂਡਰਡ ਸਪੀਕਿੰਗ ਘਟਾ ਦਿੰਦੀ ਆ। ਹੁਣ ਤੁਸੀਂ ਕਰਨਾ ਕੀ ਆ, ਐਕਸਟੈਂਡਰਡ ਸਪੀਕਿੰਗ ਨੂੰ 90 ਕਰਨ ਲਈ ਤੁਸੀਂ ਕੀ ਕਰਨਾ ਹੈਗਾ, ਇੱਕ ਮੋਡਰੇਟ ਸਪੀਡ ਰੱਖਣੀ ਆ। ਤੁਹਾਡੀ ਜੋ ਪੇਸ ਜਾਂ ਜੋ ਵੀ ਸਪੀਡ ਰੀਡ ਆਊਟ ਦੇ ਵਿੱਚ ਸੀ, ਉਦਾਂ ਦਾ ਸੇਮ ਪੇਜ ਤੁਹਾਡਾ ਡਿਸਕ੍ਰਾਈਬ ਇਮੇਜ ਐਂਡ ਰੀਟੇਲ ਲੈਕਚਰ ਦੇ ਵਿੱਚ ਹੋਣਾ ਚਾਹੀਦਾ। ਡਿਸਕ੍ਰਾਈਬ ਇਮੇਜ ਦੇ ਵਿੱਚ ਕੰਟੈਂਟ ਮੈਟਰ ਨਹੀਂ ਕਰਦਾ, ਇਸ ਲਈ ਤੁਸੀਂ ਕੁਛ ਵੀ ਓਨਲੀ ਟੈਂਪਲੇਟ ਵੀ ਬੋਲ ਸਕਦੇ ਹੋ, ਜਾਂ ਜੋ ਵੀ ਤੁਹਾਨੂੰ ਲੱਗਦਾ ਹੈਗਾ ਕਿ ਤੁਹਾਡੇ ਟੈਂਪਲੇਟ ਨਾਲ ਥੋੜਾ ਮੈਚ ਕਰਦਾ, ਉਵੇਂ ਦਾ ਕੰਟੈਂਟ ਬੋਲ ਸਕਦੇ ਹੋ। ਬਹੁਤ ਸਾਰੇ ਸਟੂਡੈਂਟਸ ਕੀ ਕਰਦੇ, ਨੰਬਰਸ, ਡਿਫੀਕਲਟ ਨੰਬਰਸ ਪਿੱਕ ਕਰਨ ਸਟਾਰਟ ਕਰ ਦਿੰਦੇ ਆ, ਜਿਹੜੇ ਉਹਨਾਂ ਦੀ ਓਵਰਆਲ ਫਲੂਐਂਸੀ ਖਰਾਬ ਕਰ ਦਿੰਦੇ ਆ। ਸੈਕਿੰਡਲੀ, ਜਦੋਂ ਬੱਚੇ ਰੀਟੇਲ ਲੈਕਚਰ ਦੇ ਵਿੱਚ ਕੰਟੈਂਟ ਲਿਖਦੇ ਆ, ਮੈਕਸੀਮਮ ਸਟੂਡੈਂਟਸ ਕੀ ਕਰਦੇ ਆ, ਕੰਟੈਂਟ ਐਵੇਂ ਲਿਖਦੇ ਆ ਕਿ ਜੋ ਰੀਡੇਬਲ ਹੀ ਨਹੀਂ ਹੁੰਦਾ, ਬਾਅਦ 'ਚ ਉਹਨਾਂ ਤੋਂ ਪੜ੍ਹਿਆ ਹੀ ਨਹੀਂ ਜਾਂਦਾ, ਉਹਨੂੰ ਪਤਾ ਹੀ ਨਹੀਂ ਉਹਨਾਂ ਨੇ ਲਿਖਿਆ ਕੀ ਹੈਗਾ, ਹੈ ਨਾ। ਤਾਂ ਤੁਸੀਂ ਰੀਟੇਲ ਲੈਕਚਰ ਦੇ ਵਿੱਚ ਜੋ ਵੀ ਲਿਖੋ ਉਹਨੂੰ ਕਲੀਅਰ ਲਿਖੋ, ਉਹਦੇ ਨਾਲ ਤੁਹਾਡੀ ਫਲੂਐਂਸੀ ਬੈਲੈਂਸ ਰਹੂ। ਐਂਡ ਜੇ ਤੁਹਾਡੀ ਐਕਸਟੈਂਡਡ ਸਪੀਕਿੰਗ ਘੱਟ ਰਹੀ ਹੈ, ਤੁਹਾਡਾ ਕੋਈ ਵੀ ਟੈਂਪਲੇਟ ਆ ਉਹਨੂੰ ਫਲੂਐਂਸੀ ਨਾਲ ਬੋਲਣਾ ਸਟਾਰਟ ਕਰ ਦਿਓ, ਡੈਫੀਨੇਟਲੀ ਤੁਹਾਡੀ ਐਕਸਟੈਂਡਡ ਸਪੀਕਿੰਗ ਇਨਕਰੀਜ਼ ਹੋਏਗੀ, ਐਂਡ ਤੁਸੀਂ ਸਪੀਕਿੰਗ ਦੇ ਵਿੱਚ ਬਹੁਤ ਵਧੀਆ ਸਕੋਰ ਅਚੀਵ ਕਰੋਗੇ। ਥੈਂਕ ਯੂ।